ਤੁਸੀਂ ਕਦੇ ਚਿਕਨ ਗ੍ਰਿਲ ਸੈਂਡਵਿਚ ਦਾ ਨਾਮ ਸੁਣਿਆ? ਸਰ ਨਾਮ ਤਾਂ ਸੁਣਿਆ, ਚਿਕਨ ਦਾ ਵੀ ਸੁਣਿਆ ਹੈ, ਸੈਂਡਵਿਚ ਦਾ ਵੀ ਸੁਣਿਆ ਹੈ, ਅਤੇ ਗ੍ਰਿਲ ਕੋਈ ਨਵੀਂ ਆਈਟਮ ਆ ਗਈ ਹੈ ਇਹ ਸੁਣੀ ਹੈ ਪਰ ਹਲੇ ਦੇਖੀ ਨਹੀਂ। ਚਿਕਨ ਗ੍ਰਿਲ ਸੈਂਡਵਿਚ ਨਾਮ ਬੜਾ ਵੱਡਾ ਹੈ, ਤੁਹਾਡੇ ਕੋਲ ਸੁਣਦਾ ਪਿਆ ਪਹਿਲਾਂ। ਚਿਕਨ ਗ੍ਰਿਲਸ ਨਹੀਂ, ਚਿਕਨ ਸੈਂਡਵਿਚ ਤਾਂ ਸੁਣਿਆ, ਖਾਧਾ ਵੀ ਹੈ, ਲੇਕਿਨ ਇਹ ਗ੍ਰਿਲਸ ਨਵਾਂ ਹੀ ਨਾਮ ਹੈਗਾ। ਗ੍ਰਿਲ ਚਿਕਨ ਸੈਂਡਵਿਚ ਲਿਆਓ ਜੀ, ਪੇਸ਼ ਕਰੋ ਵੇਖੋ ਕਿਹੋ ਜਿਹਾ ਹੈਗਾ। ਚਿਕਨ ਗ੍ਰਿਲ ਸੈਂਡਵਿਚ, ਇਹ ਚਿਕਨ ਗ੍ਰਿਲ ਸੈਂਡਵਿਚ, ਇਹ ਤਾਂ ਡਬਲ ਰੋਟੀ ਵਿੱਚ, ਅੱਛਾ ਵਿੱਚ ਵਿੱਚ ਉਹ ਰੋਸਟ ਕਰਕੇ ਲਗਾਇਆ ਹੋਇਆ, ਠੀਕ ਹੈ। ਇਹਨੂੰ ਕੀ ਕੱਪੜੇ ਪਵਾਏ ਹੋਏ ਨੇ, ਠੰਡ ਲੱਗ ਰਹੀ ਸੀ। ਉਹ ਬਾਕੀ ਚਿਕਨ ਗ੍ਰਿਲ ਸੈਂਡਵਿਚ ਸਰ, ਇਹ ਹੈਗਾ ਗ੍ਰਿਲ ਸੈਂਡਵਿਚ। ਵਾਹ ਜੀ ਵਾਹ, ਇਹ ਗੁਲਾਬੀ ਗੁਲਾਬੀ ਜਿਹਾ ਕੀ ਹੈ? ਸੋਸ ਹੈਗੀ ਹੈ। ਇਹ ਮੁਰਗੀ ਹੈ, ਇਹਨੂੰ ਪੂਰਾ ਹੀ ਖਾਣਾ ਪਏਗਾ ਇਸ ਤਰ੍ਹਾਂ ਕਰਕੇ। ਇਹਦਾ ਖਾਣਾ ਮੇਰਾ ਹਿਸਾਬ ਕਿਤਾਬ ਨਜ਼ਰਾਂ ਪੈਣਾ। ਬਿਸਮਿਲਲਾ, ਚੱਕੀਆਂ ਨਹੀਂ ਮਾਰਨੇ ਪਈ ਸਾਰੇ ਨੂੰ? ਕਾਫੀ ਵਜ਼ਨੀ ਹੈਗਾ ਇਹਦੇ 'ਚ, ਮੈਂ ਕਿਹਾ ਕਾਫੀ ਚਿਕਨ ਪਿਆ ਇਹਦੇ 'ਚ। ਹਾਂਜੀ, ਚਿਕਨ ਦਾ ਅੱਜ ਮਜ਼ਾ ਆਏਗਾ ਖਾਣ ਦਾ, ਕਿ ਚਿਕਨ ਕੀ ਚੀਜ਼ ਹੈਗੀ ਅਤੇ ਉੱਤੋਂ ਗ੍ਰਿਲ ਹੋਇਆ। ਬਿਸਮਿਲਲਾ, ਬੋਤਲ ਕਢਾ ਕੇ ਖੂਨ ਦੀ ਛੱਡ ਗਿਆ ਸੀ, ਉਹ ਜੰਮ ਗਿਆ ਅਤੇ ਉਹਦੇ ਨਾਲ ਖਾਣ ਡਿਆ ਮੈਂ। ਖੂਨ ਜੰਮ ਵੀ ਜਾਂਦਾ ਨਾ, ਤਾਜ਼ਾ ਤਾਜ਼ਾ ਖੂਨ ਨਹੀਂ ਜੰਮਦਾ, ਅਤੇ ਖੂਨ ਠਹਿਰ ਜਿਹਾ ਅਤੇ ਜੰਮ ਜਾਂਦਾ, ਅਤੇ ਠਹਿਰਿਆ ਹੋਇਆ ਖੂਨ ਖਾ ਰਿਹਾ, ਪਤਾ ਨਹੀਂ ਕਿਹਨੇ ਕਤਲ ਕੀਤਾ। ਬਸ ਕੈਚਅਪ ਵੀ ਖੂਨ ਦੀ ਤਰ੍ਹਾਂ ਹੀ ਹੈ। ਬੜਾ ਜ਼ੈਕੇਦਾਰ ਚਿਕਨ ਹੈਗਾ, ਮੈਨੂੰ ਲੱਗਦਾ ਮੈਂ ਰੋਸਟ ਨਹੀਂ ਕੀਤਾ ਹੁੰਦਾ, ਫਿੱਕਾ ਫਿੱਕਾ ਜਿਹਾ, ਫਿੱਕਾ ਜਿਹਾ ਰੋਸਟ ਕੀਤਾ ਹੋਇਆ ਜੀ। ਬੜਾ ਮਜ਼ੇਦਾਰ ਚਿਕਨ ਗ੍ਰਿਲ ਸੈਂਡਵਿਚ, ਉਹੀ ਇਹਨਾਂ ਨੇ ਜਿਵੇਂ ਮੈਨੂੰ ਅੱਗੇ ਦੱਸਿਆ ਕਿ ਕੋਲਿਆਂ ਦੀ ਵੀ ਖੁਸ਼ਬੂ ਉਹਦੇ ਵਿੱਚੋਂ ਚਿਕਨ ਦੀ ਆ ਰਹੀ, ਵਾਕਈ ਆ ਰਹੀ, ਅਤੇ ਹਾਲੇ ਤੱਕ ਉਹਦਾ ਨਾ ਜ਼ਾਇਕਾ ਮੂੰਹ ਦੇ ਵਿੱਚ ਯਾਨੀ ਕਿ ਆ ਗਿਆ ਚਿਕਨ ਦਾ ਪੂਰਾ। ਉਸੇ ਤਰ੍ਹਾਂ ਬਰਗਰ ਦਾ ਜ਼ਾਇਕਾ ਆਇਆ ਜਿਸ ਤਰ੍ਹਾਂ ਆਮ ਬਰਗਰ ਅਸੀਂ ਖਾਈਦਾ, ਰੋਸਟ ਵੀ ਉਹਦੇ ਕਰੀਮ ਦੇ ਵਿੱਚ ਪਾ ਕੇ ਉਹਨਾਂ ਨੇ ਆਹੀ ਕੀਤਾ। ਵੈਸੇ ਥੋੜ੍ਹਾ ਥੋੜ੍ਹਾ ਕਰਕੇ ਖਾਣਾ ਚਾਹੀਦਾ, ਜ਼ਿਆਦਾ ਇਕਦਮ ਨਹੀਂ ਖਾਣਾ ਚਾਹੀਦਾ। ਚਿਕਨ ਹਾਰਡ ਹੋਇਆ ਪਿਆ, ਕੀ ਵਜ੍ਹਾ, ਚਿਕਨ ਕਿਉਂ ਹਾਰਡ ਹੋ ਗਿਆ? ਚਿਕਨ ਹਾਲਾਂਕਿ ਹਾਰਡ ਹੋਣਾ ਨਹੀਂ ਚਾਹੀਦਾ। ਹਾਂ, ਜਿਹੜੀ ਮੁਰਗੀ ਨੇ ਜਿਹਨੂੰ ਗ੍ਰਿਲ ਕਰਕੇ ਪਾਈ ਉਹ ਹਾਰਡ ਹੋਈ ਪਈ, ਡਬਲ ਰੋਟੀ ਵੀ ਹਾਰਡ ਹਾਰਡ ਲੱਗ ਰਹੀ ਸੀ। ਜ਼ਾਇਕਾ ਤਾਂ ਕੁਛ ਬਿਹਤਰ ਹੈ, ਅੱਛਾ ਲੱਗ ਰਿਹਾ। ਵੈਸੇ ਜਨਾਬ ਕਿਆ ਬਾਤ ਹੈ ਜਨਾਬ, ਬੜਾ ਚਿਕਨ ਦਾ ਬੜਾ ਮਜ਼ਾ ਆਇਆ। ਵੈਸੇ ਸੁਣਿਆ ਕਿ ਅੱਗੇ ਬਰਗਰ ਸਰ ਖਾਂਦੇ ਸਨ ਸ਼ਾਮੀ ਕਬਾਬ ਲਵਾ ਕੇ, ਜਾਂ ਉਹ ਆਲੂ ਦੀ ਟਿੱਕੀ ਪਾ ਕੇ ਵਿੱਚ ਉਹ ਸ਼ਾਮੀ ਕਬਾਬ ਵਾ ਟਿੱਕੀਆਂ, ਕਹਿੰਦੇ ਸਰ ਪੂਰਾ ਮੁਰਗਾ ਹੀ ਪਾ ਦਿੱਤਾ। ਮੁਰਗਾ ਉਹ ਜੇ ਬੰਦਾ ਮੁਰਗੇ ਕੇ ਬਣਾਉਂਦਾ ਕੀ ਯਾਦ, ਕਿ ਮੁਰਗਾ ਬੜਾ ਵੀ ਆਈ ਪੀ ਲੱਗਾ ਹੋਇਆ ਇਹਦੇ 'ਚ, ਨਾ ਬਰਗਰ ਦਾ ਬਰਗਰ ਹੈਗਾ, ਨਾ ਮੁਰਗੇ ਦਾ ਮੁਰਗਾ ਹੈਗਾ। ਔਰ ਮੈਂ ਜ਼ਾਇਕਾ ਕੋਈ ਹੋਰ ਚੀਜ਼ ਨਾ ਨਾ ਖਾਵਾਂ, ਅਤੇ ਮੈਨੂੰ ਸੁਬਹਾ ਤੱਕ ਹੀ ਮੇਰੇ ਮੂੰਹ 'ਚ ਇਹੋ ਜਿਹਾ ਪਿਆਰਾ ਜ਼ਾਇਕਾ ਬਣਿਆ ਇਹਦਾ, ਕਿਆ ਬਾਤ, ਮਜ਼ਾ ਆ ਗਿਆ ਇਹਨੂੰ ਖਾਣ ਦਾ। ਲੇਕਿਨ ਖਾਣ ਵਾਲਾ ਕੰਮ ਬੜਾ ਔਖਾ ਹੈਗਾ, ਐਡਾ ਵੱਡਾ ਮੂੰਹ ਖੋਲ੍ਹਣਾ ਪੈਂਦਾ ਇਹਨੂੰ, ਇਹਦਾ ਕੋਈ ਤਰੀਕਾ ਹੋਰ ਹੋਣਾ ਚਾਹੀਦਾ ਖਾਣ ਦਾ, ਹੁਣ ਪਤਾ ਨਹੀਂ ਲੱਗ ਰਿਹਾ ਕਿਵੇਂ ਖਾਈਏ। ਲੇਕਿਨ ਮੈਂ ਮੁਸ਼ਕਿਲ ਹੋ ਗਈ ਕਿ ਹੋਰ ਚੱਕੀ ਮਾਰ ਦਿੰਦਾ ਨਹੀਂ। ਗੋਰੇ ਚੀਜ਼ਾਂ ਤਾਂ ਬੜੀਆਂ ਅੱਛੀਆਂ ਬਣਾਉਂਦੇ ਨੇ, ਲੇਕਿਨ ਖਾਣਾ ਬੜਾ ਮੁਸ਼ਕਿਲ ਹੁੰਦਾ ਸਾਡੇ ਪੰਜਾਬੀ, ਅਸੀਂ ਦੇਸੀ ਧੱਗੇ ਹਾਂ। ਇਹਦੇ ਚਿਕਨ ਦੇ ਨਾਲ ਨਾਲ ਨਾ ਕੈਚਅਪ ਵੀ ਪਾਈ ਹੋਈ ਹੈ, ਉਹ ਚਿੱਟਾ ਜਿਹਾ ਨਾ ਕੋਈ ਚਿੱਟਾ ਪਤਾ ਨਹੀਂ ਕੀ ਪਾਇਆ ਹੋਇਆ ਇਹਦੇ 'ਚ, ਪਹਿਲੇ ਤਾਂ ਨਹੀਂ। ਉਸ ਤੋਂ ਇਲਾਵਾ ਟਮਾਟਰ ਵੀ ਅਤੇ ਹਰੀਆਂ ਮਿਰਚਾਂ ਵੀ, ਵਾਹਵਾ ਚੀਜ਼ਾਂ ਪਾਈਆਂ ਹੋਈਆਂ ਨੇ।
अच्छा टेस्ट है पूरा सर इतने मुर्गा रखा है पहले ना छोटे बर्गर बंदा खा रहे पूरा मुर्गा है खाए जरा नंगा खाना पेगा घोल मेरे कुछ गाय खानी पै रही है ऐसी यानी कि गजा है कि बंदे का ना पेट खराब होने चांस ने हल्का फुल्का कम है टोस्ट है डबल रोटी तो फिर चिकन है यानी कि बंदा जो दो हो ना बंदा तो मेरे ख्याल फिर खाने की जरूरत नहीं है क्योंकि दोनों का वेट ना अद्धा किलो वजन बन जाता मेरे हिसाब से प्याज भी पाया उन्होंने गोभी भी पाई है कैचअप भी पाया उन्होंने क्रीम भी पाई ये फिर उन्होंने रोस्ट करके ना मुर्गी तो सीख तो ला के फिर ये पा के तो सैलड रखे फिर सलाद वगैरह रख पाई इनू कहने कि बर्गर ग्रिल बर्गर है डबल रोटी जी ना असी घर तो आंडा वगैरह ला के ना तो खा लेगा तो वह गोश्त इन्ना पाया है पता नहीं किवें खा लेंगे समझ नहीं आती वगैरह हर चीज़ का जायका यानी कि बड़ा मज़ेदार बनया यकीन करो मैं बड़ा अरसे बाद खाधी चीज़ लेकिन मज़ा आया खाने का चीज़ा तो बथेरिया खाई दी हैं बहरों भी आई ने काफ़ी दफ़ा लेकिन यह जी चीज़ बनी ना तो कमाल है यार जबरदस्त वेरी गुड बहुत अच्छी चीज़ बनी है वैसे जनाब बड़े बड़े असी बर्गर भी खाते रहे हैं डबल रोटी भी खाधी है लेकिन यह डब जाम वगैरह ला लेंगे वो कोई माशा बड़े बड़े जैम मिठे ये शहद वगैरह ये वो लाने आंडा वगैरह पाते हैं यह जनाब जब पूरा मुर्गा ही पाता है ये पहली दफ़ा मैं खा लगा जनाब पूरा मुर्गा जनाब ये फिक्स होया है वैसे यार हांडी तो वैसे खवाई दे मुर्गा हांडी रोटी पक दी लेकिन यह जब डबल रोटी मुर्गा खा रहे हैं ये जनाब पहली दफ़ा खवा रहे जी सामने नहीं साढ़े गाँव से तो यह सैंडविच बर्गर नहीं बेचते वो कहने कि डबल रोटी लै आती है नाश्ते या मखन लगा यह शव शहर होंदिया ने लाहौर शहर हो गया जिस तरह कराची शहर है इस तरह का फिर वक्त कुछ नहीं खाता इस तरह का वो ना साढ़े पिंड आते हैं वो डबल रोटी ना मसाला ज ला के तल के तो देंगे ने खाधा है उन्हें तो ना आलू लगे होंगे ने थोड़े थोड़े इस तरह दीज़ा करके यानी कि ऐसा सैंडविच बनया ये आयल नहीं है ना डबल रोटी है ग्रिल होया सैंडविच चिकन है सलाद वगैरह कैचअ वगैरह प्याज है यानी कि आयल वाली कोई चीज़ नहीं है ये जिद ना तुम परेशानी हो बहुत अच्छी चीज़ हैगी बड़ी जबरदस्त हैगी वैसे जनाब वैसे मेरे इलाके ना बलोचिस्तान साइड उ शिकार करने हरंदा किसी का उत्थे असं यही करते हैं जनाब लकड़ियाँ बालियाँ वो उत्ते बिछाया हाथ उ मसाला मसूला चौल चौल भर के जिंदा पकता रहेगा जिंदा पकता वो अद्धा कच्चा पक्का खा जाने वो बड़ा जैक क्योंकि एक तो जनाब कोयलिया का जैका धुआं जहा महसूस होंगे मैं कि क्या बात है सैंडविच तो ये सिर्फ बन का फर्क है क्योंकि वह बंद होंगे उत्तों ब्राउन जहाँ कर देंगे ने तो बंद बन जाता जरा मोटा होंगे ए बरीक होंगे इन डबल रोटी कहते हैं इको चीज़ इको मैदे यानी कि इको खमीर नो तैयार हो ये समझ लो कि तुम ना उनका कि ना रोटी का एक रोटी है यह तुम ढिड सिर्फ माड़ा जहा अपने आप ना आसरा करके कि टो बेलिया टुर फिर रह जाए तो उत्थे खाना तो भुख लगी है तो कहते कि यार ना कोई थोड़ा जहा खा लीए उस तरह तुम इस्तेमाल कर सकते जे तो रोटी जी घर जाके खाधी जा सकती इन रोटी की जगह तो इस्तेमाल नहीं कर सकते मैं अज एक इन्नी खुशी हो रही कि चीज़ नवी मैं खाने भी मिली है एक नवी चीज़ फिर बनाने भी मिली है कि मैं अपने घर बर्गर बुर्गर तो नहीं बना सकता लेकिन यह तो बड़ी आसानी ना डबल रोटी पई होंगी चिकन बंदा ग्रिल कोले घर मौजूद होंगे ने अग बाल के लकड़ा भी मौजूद होंगे कोले बना लेने तो बेहड़ा बेहतरीन तरीका है वेरी गुड जबरदस्त मज़ा आया तो साढ़े चैनल सबसक्राइब करो बैल आइकन दबाओ दोस्तों शेयर करो अपना ढेर सारा ख्याल रखना सानू इजाजत देवो अल्लाह हाफिज़।